ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਪਰਮਜੀਤ ਸਿੰਘ ਕਾਲੋਂ, ਆਈ ਐਮ ਲੈਪਰੋਸਕੋਪਿਕ ਐਂਡ ਲੇਜ਼ਰ ਸਰਜਨ। ਅੱਜ ਅਸੀਂ ਇੱਕ ਬੜੇ ਇੰਪੋਰਟੈਂਟ ਟੋਪਿਕ ਤੇ ਗੱਲ ਕਰਾਂਗੇ। ਵਿਰੀਕੋਜ਼ ਵੇਨ, ਜਿਹਨੂੰ ਆਮ ਭਾਸ਼ਾ ਦੇ ਵਿੱਚ ਲੱਤਾਂ ਦੀਆਂ ਫੁੱਲੀਆਂ ਹੋਈ ਨਾੜਾਂ ਕਿਹਾ ਜਾਂਦਾ, ਇਹਦੇ ਅੱਜ ਕੱਲ੍ਹ ਜਿੱਦਾਂ ਜਿੱਦਾਂ ਓਕੂਪੇਸ਼ਨ ਦੇ ਨਾਲ ਸਟੈਂਡਿੰਗ ਜੋਬਸ ਵਧਦੀਆਂ ਜਾਂਦੀਆਂ ਨੇ, ਉਸ ਤਰ੍ਹਾਂ ਵਿਰੀਕੋਜ਼ ਵੇਨ ਦੀ ਪ੍ਰੋਬਲਮ ਵੀ ਵੱਧਦੀ ਜਾਂਦੀ ਹੈ। ਸਭ ਤੋਂ ਪਹਿਲਾਂ ਕਿ ਵਿਰੀਕੋਜ਼ ਵੇਨਸ ਹੁੰਦੀਆਂ ਕਿਉਂ? ਆਪਣੀਆਂ ਲੈਗਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੇਨਸ ਹੁੰਦੀਆਂ ਨੇ, ਸੁਪਰਫੀਸ਼ੀਅਲ ਵੇਨ ਐਂਡ ਡੀਪ ਵੇਨਸ। ਉਹਨਾਂ ਦੇ ਵਿੱਚ ਬਲੱਡ ਇੱਕ ਬੜੀ ਸਿਸਟਮੈਟਿਕ ਤਰੀਕੇ ਦੇ ਨਾਲ ਚੱਲਦਾ, ਜਿਹਨਾਂ ਨੂੰ ਵੈਲਵਜ਼ ਨਾਲ ਕੰਟਰੋਲ ਕੀਤਾ ਜਾਂਦਾ। ਔਰ ਜਦੋਂ ਇਹ ਵੈਲਵਜ਼ ਖਰਾਬ ਹੋ ਜਾਂਦੇ ਨੇ, ਬਲੱਡ ਦਾ ਫਲੋ ਉਲਟਾ ਹੋ ਜਾਂਦਾ ਹੈ, ਵੇਨਸ ਡਾਇਲੇਟ ਹੋ ਜਾਂਦੀਆਂ ਨੇ, ਫੁੱਲ ਜਾਂਦੀਆਂ ਨੇ, ਜਿਹਨਾਂ ਨੂੰ ਅਸੀਂ ਵਿਰੀਕੋਜ਼ ਵੇਨ ਕਹਿੰਦੇ ਹਾਂ। ਕੁਛ ਇੱਕ ਹੋਰ ਕਾਜ਼ਸ ਹੁੰਦੇ ਨੇ ਜਿਹਨਾਂ ਨੂੰ ਸੈਕੰਡਰੀ ਵਿਰੀਕੋਜ਼ ਵੇਨਸ ਕਹਿੰਦੇ ਹਾਂ, ਜਿੱਦਾਂ ਕਿ ਪ੍ਰੈਗਨੈਂਸੀ, ਪ੍ਰੈਗਨੈਂਟ ਵੇਮਨ ਦੇ ਵਿੱਚ ਹੋ ਸਕਦੀਆਂ ਨੇ, ਡੀਪ ਵੇਨ ਥ੍ਰੋਂਬੋਸਿਸ ਦੇ ਵਿੱਚ ਬਹੁਤ ਜ਼ਿਆਦਾ ਮੋਟਾਪੇ ਕਰਕੇ, ਜਾਂ ਜਿਹੜੀਆਂ ਦੇ ਅਰਲੀ ਸਭ ਤੋਂ ਅਰਲੀ ਸਿਮਟਮਸ ਨੇ, ਤਿੰਨ ਸਿਮਟਮਸ ਨੇ। ਫਸਟ ਗੋਡਿਆਂ ਤੋਂ ਨੀਚੇ ਨੀਚੇ ਪੇਨ ਹੁੰਦੀ ਹੈ, ਖਾਸ ਕਰ ਚੱਲਣ ਵੇਲੇ, ਆਫਟਰਨੂਨ ਜਾਂ ਈਵਨਿੰਗ ਦੇ ਵਿੱਚ ਹੁੰਦੀ ਹੈ, ਜਿਹੜੀ ਰਾਤ ਨੂੰ ਲੇਟਣ ਦੇ ਨਾਲ ਠੀਕ ਹੋ ਜਾਂਦੀ ਹੈ। ਸੈਕੰਡ, ਪੈਰਾਂ ਦੇ ਵਿੱਚ ਸਵੈਲਿੰਗ ਹੈ, ਲੋਅ ਲੈਗ ਦੇ ਵਿੱਚ ਸਵੈਲਿੰਗ ਹੈ, ਸੇਮ ਸਵੈਲਿੰਗ ਜਦੋਂ ਜਦੋਂ ਅਸੀਂ ਚੱਲਦੇ ਹਾਂ, ਈਵਨਿੰਗ ਤੱਕ ਸਵੈਲਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ, ਰਾਤ ਨੂੰ ਸੌਣ ਤੋਂ ਬਾਅਦ ਉਹ ਸਵੈਲਿੰਗ ਸਾਰੀ ਉੱਤਰ ਜਾਂਦੀ ਹੈ। ਐਂਡ ਥਰਡ ਇਜ਼, ਪੇਸ਼ੈਂਟ ਕੋਈ ਪ੍ਰੋਬਲਮ ਨਹੀਂ ਹੁੰਦੀ, ਸਿਰਫ ਉਹ ਵੇਨਸ ਡਾਇਰੈਕਟਡ ਵੇਨਸ ਨਾਲ ਲੱਗਦਾ ਕਿ ਮੇਰੀ ਲੱਤਾਂ ਦੀਆਂ ਨਾੜਾਂ ਫੁੱਲੀਆਂ ਹੋਈਆਂ। ਜੇ ਅਸੀਂ ਇਸ ਸਟੇਜ ਦੇ ਉੱਪਰ ਉਹਨਾਂ ਦੇ ਟ੍ਰੀਟਮੈਂਟ ਨਹੀਂ ਕਰਾਉਂਦੇ ਜਦੋਂ ਸਿਮਟਮਸ ਆਉਂਦੀਆਂ ਨੇ, ਇਸ ਤੋਂ ਬਾਅਦ ਕੰਪਲੀਕੇਸ਼ਨ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹਦੀ ਕੰਪਲੀਕੇਸ਼ਨ ਦੇ ਵਿੱਚ ਮੇਨ ਹੈ ਕਿ ਸਕਿਨ ਦੇ ਅੰਦਰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਨੂੰ ਬਾਹਰ ਬਲੀਡਿੰਗ ਨਹੀਂ ਦਿਖਦੀ, ਉਸ ਪਰ ਅੰਦਰ ਸਕਿਨ ਦੇ ਅੰਦਰ ਛੋਟੀ ਛੋਟੀ ਬਲੀਡਿੰਗ ਹੁੰਦੀ ਰਹਿੰਦੀ ਹੈ। ਉਹਦੇ ਨਾਲ ਸਕਿਨ ਪਹਿਲਾਂ ਬਰਾਊਨ ਹੁੰਦੀ ਹੈ, ਫਿਰ ਉਸ ਤੋਂ ਬਾਅਦ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਉੱਪਰ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ, ਜ਼ਖਮ ਦੇ ਵਿੱਚ ਸਪੋਨਟੇਨੀਅਸ ਬਲੀਡਿੰਗ ਹੋ ਸਕਦੀ ਹੈ, ਜਾਂ ਅਦਰਵਾਈਜ਼ ਵੀ ਜਿਹੜੀਆਂ ਵੇਨਸ ਡਾਇਲੇਟਡ ਨੇ ਉਹਨਾਂ ਦੇ ਵਿੱਚ ਥੋੜ੍ਹੀ ਬਹੁਤ ਸੱਟ ਲੱਗਣ ਨਾਲ ਬਹੁਤ ਜ਼ਿਆਦਾ ਉੱਥੋਂ ਬਲੀਡਿੰਗ ਹੋ ਸਕਦੀ ਹੈ। ਜ਼ਖਮ ਕਈ ਵਾਰੀ ਡੀਪ ਹੋ ਜਾਂਦੇ ਨੇ, ਹੱਡੀ ਤੱਕ ਪਹੁੰਚ ਜਾਂਦੇ ਨੇ, ਉਹਦੇ ਕਰਕੇ ਹੱਡੀ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ। ਤੋ ਸਾਰੀ ਇਹ ਸਾਰੀਆਂ ਜਿਹੜੀਆਂ ਕੰਪਲੀਕੇਸ਼ਨਸ ਨੇ ਬਾਅਦ ਵਾਲੀਆਂ, ਇਹਨਾਂ ਤੋਂ ਬਚਣ ਲਈ ਸਾਨੂੰ ਟਾਈਮਲੀ ਇਹਦਾ ਟ੍ਰੀਟਮੈਂਟ ਕਰਵਾਉਣਾ ਚਾਹੀਦਾ। ਡਾਇਗਨੋਸਿਸ ਕਰਨਾ ਤਾਂ ਬੜਾ ਸੌਖਾ ਹੈ, ਆਪਾਂ ਨੂੰ ਕਲਰ ਡੋਪਲਰ ਕਰਾਉਣਾ ਹੁੰਦਾ ਹੈ, ਕਲਰ ਡੋਪਲਰ ਦੇਖਣ ਲਈ ਕਿ ਅਸੀਂ ਕਿਹੜੇ ਕਿਹੜੇ ਵੈਲਵਜ਼ ਖਰਾਬ ਨੇ, ਕਿਉਂਕਿ ਲੱਬ ਦੇ ਵਿੱਚ ਬਹੁਤ ਸਾਰੇ ਅਰਾਊਂਡ 25 ਤੋਂ 30 ਕਨੈਕਸ਼ਨ ਹੁੰਦੇ ਨੇ, ਵੈਲਵਜ਼ ਹੁੰਦੇ ਨੇ, ਉੱਪਰੋਂ ਗ੍ਰਾਇਨ ਤੋਂ ਲੈ ਕੇ ਨੀਚੇ ਪੈਰ ਐਂਕਲ ਤੱਕ, ਉਹਨਾਂ 'ਚ ਕਿਹੜੇ ਕਿਹੜੇ ਕਨੈਕਸ਼ਨ ਖਰਾਬ ਨੇ, ਕਿੱਥੋਂ ਕਿੱਥੋਂ ਵੇਨਸ ਡਾਇਲੇਟਡ ਨੇ, ਕਿੰਨੀਆਂ ਡਾਇਲੇਟਡ ਨੇ, ਉਹ ਦੇਖਣ ਲਈ ਡੋਪਲਰ ਕਰਾਉਣਾ ਹੁੰਦਾ। ਡੋਪਲਰ ਇਜ਼ ਸਿੰਪਲ ਅਲਟਰਾਸਾਊਂਡ, ਲੱਤ ਦਾ ਅਲਟਰਾਸਾਊਂਡ ਹੁੰਦਾ, ਜਿਸਨੂੰ ਉਹ ਪਤਾ ਲੱਗ ਜਾਂਦਾ ਕਿ ਕਿਹੜੇ ਕਿਹੜੇ ਕਨੈਕਸ਼ਨ ਖਰਾਬ ਨੇ। ਓਪਰੇਸ਼ਨ ਪ੍ਰਾਇਮਰੀ ਕਨਵੈਨਸ਼ਨਲੀ ਜਿਹੜੇ ਜਿਹੜੇ ਵੀ ਕਨੈਕਸ਼ਨ ਖਰਾਬ ਨੇ, ਉਹਨੂੰ ਅਸੀਂ ਕੱਟ ਲਗਾ ਕੇ ਵੇਨਸ ਨੂੰ ਪਹਿਲਾਂ ਬੰਨਦੇ ਸੀ, ਫਿਰ ਉਹਨੂੰ ਅਸੀਂ ਇੱਕ ਤਾਰ ਪਾ ਕੇ ਉਹਨੂੰ ਖਿੱਚ ਕੇ ਕੱਢਿਆ ਜਾਂਦਾ ਸੀ, ਜਿਹੜੀ ਓਪਨ ਕਨਵੈਨਸ਼ਨਲ ਓਪਨ ਸਰਜਰੀ ਹੁੰਦੀ ਹੈ। ਪਰ ਇਸ ਓਪਨ ਸਰਜਰੀ ਦੇ ਵਿੱਚ ਬਹੁਤ ਸਾਰੀਆਂ ਕੰਪਲੀਕੇਸ਼ਨ ਹੈਗੀਆਂ ਨੇ, ਇੱਕ ਤਾਂ ਕੱਟ ਇੰਨੇ ਸਾਰੇ ਲਗਾਉਣੇ ਪੈਂਦੇ ਨੇ, ਇੰਨੇ ਸਾਰੇ ਸਟਿਚਿਸ ਲਗਾਉਣੇ ਪੈਂਦੇ ਨੇ, ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ, ਪੇਸ਼ੈਂਟ ਨੂੰ ਪੇਨ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਹਨਾਂ ਸਾਰੀਆਂ ਕੰਪਲੀਕੇਸ਼ਨ ਕਰਕੇ ਹੌਲੀ ਹੌਲੀ ਜਿੱਦਾਂ ਟੈਕਨੀਕ ਐਡਵਾਂਸ ਹੁੰਦੀ ਹੈ, ਅੱਜ ਕੱਲ੍ਹ ਜਿਹੜਾ ਲੇਟੈਸਟ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ, ਦੈਟ ਇਜ਼ ਲੇਜ਼ਰ ਟ੍ਰੀਟਮੈਂਟ, ਜਿਹਨੂੰ ਅਸੀਂ EVLT ਕਹਿੰਦੇ ਹਾਂ। EVLT ਇਜ਼ ਐਂਡੋਵੀਨਸ ਲੇਜ਼ਰ। ਸਿੰਪਲ, ਅਸੀਂ ਇੱਕ ਵੇਨ ਜਿਹੜੀ ਡਾਇਲੇਟ ਹੈ ਉਹਦੇ 'ਚ ਅਸੀਂ ਇੱਕ ਨੀਡਲ ਪ੍ਰਿਕ ਕਰਦੇ ਹਾਂ, ਉਸ ਨੀਡਲ ਦੇ ਥਰੂ ਹੀ ਇੱਕ ਵਾਇਰ ਅਸੀਂ ਅੰਦਰ ਭੇਜਦੇ ਹਾਂ, ਜਿੱਥੇ ਜੋ ਕਨੈਕਸ਼ਨ ਖਰਾਬ ਡੋਪਲਰ ਦੇ ਵਿੱਚ ਮੈਂਸ਼ਨ ਕੀਤੇ ਹੁੰਦੇ ਨੇ, ਅਸੀਂ ਉਸ ਵੇਨ ਨੂੰ ਵਿਦਡਰਾਅ ਕਰਕੇ ਲੇਜ਼ਰ ਅਪਲਾਈ ਕਰਕੇ ਉਹ ਕਨੈਕਸ਼ਨ ਅਸੀਂ ਬੰਦ ਕਰ ਦਿੰਦੇ ਹਾਂ, ਵੈਲਵਜ਼ ਨੂੰ ਅਤੇ ਉਸ ਏਰੀਏ ਨੂੰ ਡਿਸਟਰੋਏ ਕਰ ਦਿੰਦੇ ਹਾਂ, ਤਾਂ ਕਿ ਜਿਹੜੀਆਂ ਵੇਨਸ ਨੇ ਉਹ ਫੋਲਟੀ ਵੇਨਸ ਦੇ ਵਿੱਚੋਂ ਬਲੱਡ ਫਲੋ ਨਾ ਹੋਵੇ, ਅਤੇ ਵਿਰੀਕੋਜ਼ ਵੇਨ ਨੂੰ ਅਸੀਂ ਟ੍ਰੀਟ ਕਰ ਸਕਦੇ ਹਾਂ। ਇਹਦੇ 'ਚ ਕੋਈ ਕੱਟ ਨਹੀਂ ਲਗਾਉਣਾ ਪੈਂਦਾ, 2-3 ਦਿਨ ਬਾਅਦ ਆਪਣੇ ਕੰਮ ਕਰਕੇ ਜਾ ਸਕਦਾ, ਕਿਉਂਕਿ ਕੱਟ ਨਹੀਂ ਲੱਗਦਾ, ਇਸ ਕਰਕੇ ਕੋਈ ਇਨਫੈਕਸ਼ਨ ਦੇ ਚਾਂਸਿਸ ਨਹੀਂ ਹੈ।